जो बोले सोनेहा सात श्री आका।
ਖਾਲਸਾ ਸਰਤਾਵੜ ਭਾਗੀਆਂ ਹੋ ਜੋ ਕਿ ਰਾਜ ਦੀਵਾਨ ਵਿੱਚ ਆਪ ਸਿਰਕਤ ਕਰਕੇ ਸਤਿਗੁਰਾਂ ਦੁਆਰਾ ਬਖਸ਼ਿਸ਼ ਕੀਤੀ ਹੋਈ ਸਾਸਾਂ ਰੂਪੀ ਪੂੰਜੀ ਮਿਲੀਆਂ ਹੋਈਆਂ ਘੜੀਆਂ ਇਸ ਜੀਵ ਨੂੰ ਆਪ ਸਫਲੀਆਂ ਕਰ ਰਹੇ ਹੋ। ਆਪ ਸਤ ਸੰਗਤਾਂ ਭਲੀ ਬਾਤ ਜਾਣੂ ਹੋ। ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਤਾਰਾ ਸਿੰਘ ਜੀ ਦੀ ਯਾਦ ਵਿੱਚ ਅੱਜ ਆਪਾਂ ਇਕੱਤਰ ਹੋਏ ਹੋ। ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਚਰਨ ਸਿੰਘ ਜੀ ਜਿਨ੍ਹਾਂ ਨੇ ਮੁੰਬਈ ਵਿਖੇ ਪ੍ਰੋਗ ਅਮਲ ਕੀਤਾ ਹੈ, ਸੰਗਤਾਂ ਨੇ ਵਿਚਾਰ ਕਰਕੇ ਇੱਕ ਦਿਨ ਹੀ ਸਮਾਗਮ ਜਿਹੜਾ ਹੈ ਬਚਿਆ ਹੈ ਕਿ ਜਾਣਾ। ਮਹਾਂਪੁਰਸ਼ਾਂ ਦੀ ਯਾਦ ਵਿੱਚ ਆਪਾਂ ਖਾਲਸਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅਖੰਡ ਪਾਠ ਸਾਹਿਬ ਪਰ ਆਰੰਭ ਕੀਤੇ ਨੇ। ਬਿਆੰਤ ਸੰਗਤਾਂ ਦੂਰ ਦਰੇਡਿਓਂ ਦੇਸ਼ ਵਿਦੇਸ਼ ਵਿੱਚੋਂ ਇਸ ਸਮਾਗਮ ਵਿੱਚ ਸ਼ਿਰਕਤ ਕਰ ਰਹੀਆਂ ਨੇ। ਕੋਈ ਤਨ ਨਾਲ ਸੇਵਾ ਕਰ ਰਿਹਾ ਹੈ, ਕੋਈ ਤਨ ਨਾਲ ਕਰ ਰਿਹਾ ਹੈ, ਕੋਈ ਮਨ ਨਾਲ ਕਰ ਰਿਹਾ ਹੈ। ਦੂਰ ਦਰੇਡਿਓਂ ਸੰਗਤਾਂ ਵਹੀਕਲ ਲੈ ਕੇ ਸੰਗਤ ਦੀ ਸੇਵਾ ਵਿੱਚ ਹਾਜ਼ਰ ਹੋਈਆਂ ਨੇ। ਮੇਰੀਆਂ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿੱਥੇ ਵੀ ਆਪ ਜੀ ਸੇਵਾ ਕਰ ਰਹੇ ਹੋ ਉੱਥੇ ਸੇਵਾ ਦੇ ਡਟੇ ਰਹੋ, ਕਿਉਂਕਿ ਸਵੇਰੇ ਸੰਗਤ ਦਾ ਬਹੁਤ ਭਾਰੀ ਇਕੱਠ ਹੁੰਦਾ ਹੈ। ਆਪ ਸੰਗਤਾਂ ਜਾਣਦੀਆਂ ਹੋ ਤੇ ਉਹਨਾਂ ਸੰਗਤਾਂ ਦੇ ਜਲ ਪਾਣੀ ਵਾਸਤੇ ਆਪਾਂ ਹੁਣ ਹੀ ਸਾਰਾ ਪ੍ਰਬੰਧ ਕਰਨਾ ਹੈ। ਫੁਲਕੇ ਵੀ ਆਪਾਂ ਸਟੋਰ ਕਰਨੇ ਨੇ, ਜਲੇਬ ਵੀ, ਹੋਰ ਇਤਿਹਾਸਕ ਜੋ ਵੀ ਪਦਾਰਥ ਬਣਨਾ ਸਾਰਾ ਰਾਤ ਨੂੰ ਸਟੋਰ ਹੋਣਾ ਹੈ। ਸਬਜ਼ੀ ਕੱਟਣ ਵਾਲੀਆਂ ਸੰਗਤਾਂ ਸਬਜ਼ੀ ਕੱਟੀ ਜਾਣ, ਜਿਹੜੀਆਂ ਫੁਲਕੇ ਬੀਬੀਆਂ ਪਕਾ ਰਹੀਆਂ ਨੇ ਫੁਲਕੇ ਪਕਾਈ ਜਾਣ, ਪੰਡਾਲ ਵਿੱਚ ਆਉਂਦੀ ਖੇਤਰ ਨਾ ਕਰਨ, ਉੱਥੇ ਹੀ ਸੇਵਾ ਕਰਨ। ਸਾਊਂਡ ਥਾਂ ਥਾਂ ਲੱਗਾ ਹੈ, ਸਾਰੇ ਥਾਂ ਆਵਾਜ਼ ਜਗ ਰਹੀ ਹੈ। ਸੋ ਇਹ ਵਡਭਾਗਾ ਸਮਾਂ ਹੈ, ਤਾਂ ਨਾਲ ਆਪਾਂ ਸੇਵਾ ਕਰੀਏ, ਸੁੱਖ ਜਿਹੜੀ ਹੈ ਕਿ ਗੁਰਬਾਣੀ ਨਾਲ ਜੋੜੀਏ, ਸ਼ਬਦ ਨਾਲ ਜੋੜੀਏ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਟੇ ਮੁਕਤ ਨਾਲ ਹੋਵੇ ਵਿਚਾਰ, ਸ਼ਬਦ ਨਾ ਕਰੇ ਵਿਚਾਰ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਨੇ ਕਿ ਸਾਰਿਆਂ ਨੂੰ ਉਹ ਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਹੈ ਜਿਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ। ਸਾਡੀ ਮੁਕਤੀ ਤਾਂ ਹੀ ਹੋਣੀ ਹੈ, ਮਨ ਸ਼ੁੱਧ ਤਾਂ ਹੀ ਹੋਣਾ ਹੈ ਕਿ ਅਸੀਂ ਸ਼ਬਦ ਦੀ ਵਿਚਾਰ ਕਰਾਂਗੇ, ਤਦ ਹਿਰਦੇ ਵਿੱਚ ਸ਼ਬਦ ਨੂੰ ਵਸਾਵਾਂਗੇ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਭਾਵੇਂ ਕਿਤੇ ਵੀ ਕੋਈ ਬੈਠਾ ਹੈ, ਭਾਵੇਂ ਉਹ ਪਰਬਤ ਹੈ, ਭਾਵੇਂ ਉਹ ਮਾਰੂਥਲ ਹੈ, ਭਾਵੇਂ ਉਹ ਸਮੁੰਦਰ ਹੈ, ਸਭ ਦਾ ਰਾਖਾ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੈ। ਪਹਿਲੋਂ ਦੇਹ ਤੇ ਰਿਜਕ ਸੰਭਾ, ਪਿੱਛੋਂ ਦੈਕ ਹੈ ਜਨ ਤੇ ਉਪਾਹ। ਸੋ ਉਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਹ ਪਾਲਣਹਾਰ ਹੈ, ਉਹ ਸਭ ਦੇ ਦਿਲਾਂ ਦੀਆਂ ਜਾਣਦਾ ਹੈ। ਸੋ ਆਪਾਂ ਸੇਵਾ ਕਰਦੇ ਹੋਏ ਵੀ ਆਪਣੇ ਮਨ ਨੂੰ ਸ਼ਬਦ ਨਾਲ ਜੋੜਨਾ ਹੈ। ਆਪ ਸਭ ਸੰਗਤਾਂ ਜਾਣਦੀਆਂ ਹੋ, ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਚਰਨ ਸਿੰਘ ਜੀ ਇਹਨਾਂ ਦਿਨਾਂ ਦੇ ਵਿੱਚ ਅੱਜ ਤਾਂ ਸਤਿਗੁਰ ਨੇ ਬੜੀ ਕੋਸ਼ਿਸ਼ ਕੀਤੀ ਹੈ, ਧੁੰਦ ਤੋਂ ਬਚਾ ਹੈ। ਇਸ ਦਿਨ ਦੇ ਵਿੱਚ ਕਿੰਨੀ ਧੁੰਦ ਹੋਇਆ ਕਰਦੀ ਸੀ, ਮਹਾਂਪੁਰਸ਼ਾਂ ਨੇ ਸ਼ਾਮਾਂ ਨੂੰ ਉੱਥੇ ਚਾਪੜਾ ਲਗਾ ਲੈਣਾ, ਸਵੇਰ ਤੱਕ ਕੀਰਤਨ ਕਰੀ ਜਾਣਾ। ਆਪ ਸਭ ਸੰਗਤਾਂ ਜਾਣਦੀਆਂ ਹੋ, ਜਿਨ੍ਹਾਂ ਨੇ ਸੰਗਤ ਕੀਤੀ ਹੈ ਮਹਾਂਪੁਰਸ਼ਾਂ ਦੀ, ਅੱਜ ਆਪਾਂ ਮਹਾਂਪੁਰਸ਼ਾਂ ਦੇ ਪ੍ਰਸਿੱਧ ਸਮਾਗਮ ਵਿੱਚ ਇਕੱਤਰ ਹੋਏ ਹਾਂ। ਆਪਾਂ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਹੈ। ਮਹਾਂਪੁਰਸ਼ਾਂ ਨੇ ਨਾ ਤਾਂ ਆਪਣੇ ਸਰੀਰ ਤੇ ਕਿਸੇ ਸਾਬਣ ਦੀ ਵਰਤੋਂ ਕੀਤੀ, ਨਾ ਕਿਸੇ ਤੇਲ ਦੀ ਵਰਤੋਂ ਕੀਤੀ, ਨਾ ਉਹਨਾਂ ਕੋਈ ਆਪਣੀ ਜ਼ਿੰਦਗੀ ਨਾਲ ਕੋਈ ਦਵਾਈ ਲਈ। ਜੈਸਾ ਵੀ ਵੇਖਿਆ ਸਭ ਨੂੰ ਇੱਕ ਨਿਗਾਹ ਨਾਲ ਵੀ ਉਹਨਾਂ ਨੇ ਦੇਖਿਆ, ਭਾਵੇਂ ਕੋਈ ਪਰਿਵਾਰ ਦਾ ਮੈਂਬਰ ਹੈ, ਭਾਵੇਂ ਕੋਈ ਬਾਹਰੀ ਹੈ, ਭਾਵੇਂ ਕੋਈ ਸੇਠ ਹੈ, ਭਾਵੇਂ ਕੋਈ ਗਰੀਬ ਹੈ, ਸਭ ਉਹਨਾਂ ਨੇ ਇੱਕ ਸਮਾਨ ਹੀ ਜਾਣਿਆ। ਜੇ ਕੋਈ ਪ੍ਰਾਣੀ ਮਹਾਂਪੁਰਸ਼ਾਂ ਕੋਲ ਆਉਂਦਾ, ਬਾਬਾ ਜੀ ਹੈ ਮੈਨੂੰ ਕੋਈ ਪ੍ਰਾਬਲਮ ਹੈ, ਮਹਾਂਪੁਰਸ਼ਾਂ ਨੇ ਕਹਿਣਾ ਕਿ ਭਾਈ ਜਾ ਕੇ ਗੁਰਦੁਆਰਾ ਸਾਹਿਬ ਅਰਦਾਸ ਕਰਾ, ਸਰੋਵਰ ਤੋਂ ਜਲ ਲੈ ਕੇ ਸ਼ਾਹ ਪੂਰਨ ਦਾ ਹੁਕਮ ਛਾ। ਤਨ ਤੇ ਵੀ ਆਪਣੇ ਨੂੰ ਬਹੁਤੀਆਂ ਪੌੜੀਆਂ ਨਹੀਂ ਸੀ ਪਾਉਂਦੇ, ਇੱਕ ਪਤਲਾ ਜਿਹਾ ਕੋਲਾ ਪਾ ਕੇ ਇਹਨਾਂ ਦਿਨਾਂ ਵਿੱਚ
ਮਹਾਰਾਜ ਦੀ ਹਾਜ਼ਰੀ ਵਿੱਚ ਆਪ ਨੂੰ ਗੁਰੂ ਦਾ ਸਨਮਾਨ ਕਰਾਉਂਦੇ ਸਨ। ਮਹਾਂਪੁਰਸ਼ਾਂ ਦਾ ਇਹ ਟੀਚਾ ਸੀ ਕਿ ਆਪਾਂ ਕੋਈ ਵੀ ਕੰਮ ਕਰਨਾ ਹੈ ਪਹਿਲਾਂ ਸਤਿਗੁਰਾਂ ਤੋਂ ਆਗਿਆ ਲਈਏ। ਜਦੋਂ ਵੀ ਕਿਸੇ ਗੁਰ ਸਥਾਨ ਦੀ ਸੇਵਾ ਸ਼ੁਰੂ ਕਰਨੀ ਮਹਾਂਪੁਰਸ਼ਾਂ ਨੇ ਪਹਿਲਾਂ ਸਤਿਗੁਰਾਂ ਦੀ ਹਾਜ਼ਰੀ ਵਿੱਚ ਕੜਾਹ ਪ੍ਰਸ਼ਾਦ ਦੇ ਕਰਕੇ ਗ੍ਰੰਥੀ ਸਿੰਘ ਨੂੰ ਬੇਨਤੀ ਕਰਨੀ ਕਿ ਮਹਾਰਾਜ ਦੀ ਆਗਿਆ ਨਾਲ ਮਹਾਰਾਜ ਕੀ ਹੁਕਮ ਕਰਦੇ ਨੇ। ਜੈਸਾ ਹੁਕਮ ਹੋਣਾ ਤੈਸਾ ਹੀ ਕੰਮ ਹੋਣਾ, ਜੇ ਤਾਂ ਆਗਿਆ ਹੋਣੀ ਤਾਂ ਕੰਮ ਸ਼ੁਰੂ ਹੋਣਾ, ਜੇਕਰ ਆਗਿਆ ਨਾ ਮਿਲਣੀ ਤਾਂ ਬਾਬਾ ਜੀ ਕਹਿਣਾ ਵੀ ਉਹ ਕੰਮ ਨੂੰ ਬੰਦ ਕਰ ਦਿਓ। ਧਾਰਨਾ ਪੜਿਆ ਕਰਦੇ ਸਨ ਸਾਰੀਆਂ ਸੰਗਤਾਂ, ਇਸ ਧਾਰਨਾ ਵਿੱਚ ਬੁਰਨਾ ਕਰਿਓ। ਪਹਿਲਾਂ ਵੀਰਾਂ ਨੂੰ ਬੇਨਤੀ ਹੈ, ਭਰਾਵਾਂ ਨੂੰ ਬੁਰਨ, ਫਿਰ ਬਾਅਦ ਵਿੱਚ ਬੀਬੀਆਂ ਬੁਰਨ, ਸਭ ਤੋਂ ਪਹਿਲਾਂ ਦਾਸ ਬੋਲੇਗਾ ਜੋ ਮਹਾਂਪੁਰਸ਼ ਧਾਰਨਾ ਪੜਿਆ ਕਰਦੇ ਸਨ। ਪਹਿਲਾਂ ਅੱਗਿਆ ਪੁਰਾਂ ਕੋਲੋਂ ਲਈਏ, ਫਿਰ ਕੀਤਾ ਆ
ਛੱਡੋ ਜੋ ਸਾਨੂੰ ਸਤਿਗੁਰਾਂ ਨੇ ਆਗਿਆ ਕੀਤੀ ਹੈ ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸ਼ਬਦ ਗੁਰੂ ਸੁਰਤ ਧੁਨ ਚੇਲਾ ਅਵਗੁਣੀ ਭਰਪੂਰ ਹੈ ਅਵਗੁਣੀ ਭਰਪੂਰ ਹੈ ਗੁਣ ਵੀ ਵਸੇ ਨਾਲ ਫਿਰ ਸਤਿਗੁਰ ਗੁਣ ਜਾਪਣੀ ਜਿਚਰ ਸ਼ਬਦ ਨ ਕਰੇ ਵਿਚਾਰ ਸੋ ਅਸੀਂ ਮਹਾਂਪੁਰਸ਼ਾਂ ਦੀ ਫਸੀਏ ਸੰਬੰਧ ਵਿੱਚ ਹਰ ਸਾਲ ਤੇ ਇਕੱਤਰ ਹੁੰਦੇ ਹਾਂ ਬੜੀਆਂ ਦੂਰ ਦਰੇਡਿਓ ਸੰਗਤਾਂ ਦੇਸ਼ ਵਿੱਚੋਂ ਇਸ ਸਥਾਨ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਤਮਸਤਕ ਹੁੰਦੀਆਂ ਨੇ ਹਾਜ਼ਰੀਆਂ ਭਰਦੀਆਂ ਨੇ ਗੁਰੂ ਜਸ ਹੁੰਦਾ ਹੈ ਬਿਆਨਤ ਸੰਗਤਾਂ ਸੇਵਾ ਕਰਦੀਆਂ ਨੇ ਪਰ ਜੋ ਸਾਨੂੰ ਸਤਿਗੁਰਾਂ ਨੇ ਸਥਾਨ ਦਿੱਤਾ ਹੈ ਅਸੀਂ ਕਥਾ ਕੀਰਤਨ ਬਹੁਤ ਸਰਵਣ ਕਰਦੇ ਹਾਂ ਪਰ ਹਿਰਦੇ ਵਿੱਚ ਨਹੀਂ ਵਸਾਉਂਦੇ ਅਸਲ ਸਫਲ ਅਸੀਂ ਉਦੋਂ ਹੋਣਾ ਹੈ ਜਦੋਂ ਹਿਰਦੇ ਵਿੱਚ ਵਸਾਵਾਂਗੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਦੇ ਸਤਿਕਾਰ ਯੋਗ ਮਾਤਾ ਜੀ ਸਤਿਕਾਰ ਯੋਗ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਆਪਾਂ ਹੁਣੇ ਹੀ ਮਨਾਏ ਨੇ ਪਹਿਲਾਂ ਸਤਿਗੁਰਾਂ ਨੇ ਆਪਣੇ ਪਿਤਾ ਨੂੰ ਹਿੰਦੂ ਧਰਮ ਦੀ ਰੱਖਿਆ ਵਾਸਤੇ ਤੋਰਨਾ ਕੀਤਾ ਔਰੰਗਜ਼ੇਬ ਸਵਾ ਮਨ ਪੱਕੇ ਜਨੇਊ ਲਾ ਕੇ ਕਹਿੰਦੇ ਫਿਰ ਰੋਟੀ ਖਾਂਦਾ ਸੀ ਇਤਿਹਾਸ ਵਿੱਚ ਅੰਕਿਤ ਹੈ ਗੁਰੂ ਗ੍ਰੰਥ ਸਾਹਿਬ ਸਾਹਿਬ ਜੀਓ ਹਿੰਦੂ ਧਰਮ ਦੀ ਰੱਖਿਆ ਵਾਸਤੇ ਅਜੇ ਦੁਨਿਆਵੀ ਤੌਰ ਤੇ ਸਤਿਗੁਰਾਂ ਦੀ ਉਮਰ ਬਹੁਤ ਛੋਟੀ ਹੈ ਗੁਰੂ ਨਵੇਂ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪੁੱਛਣ ਲੱਗੇ ਤਾਂ ਸਤਿਗੁਰਾਂ ਨੇ ਆਗਿਆ ਕੀਤੀ ਆਪ ਵਰਗਾ ਹੋਰ ਕੋਈ ਸਾਨੀ ਨੇ ਆਪ ਹੀ ਕਿਰਪਾ ਕਰੋ ਆਪ ਹੀ ਇਸ ਸਮੇਂ ਤੋਂ ਇਹਨਾਂ ਲੋਕਾਂ ਨੂੰ ਤੁਸੀਂ ਬਚਾ ਸਕਦੇ ਹੋ ਜਦੋਂ ਸਤਿਗੁਰਾਂ ਨੇ ਆਨੰਦਪੁਰ ਸਾਹਿਬ ਛੱਡਣਾ ਕੀਤਾ ਇਹ ਵੀ ਆਪ ਸਭ ਸੰਗਤਾਂ ਭਲੀ ਭਾਂਤ ਜਾਣੂ ਹੋ ਕੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਇਹ ਧਰਤੀ ਮੁੱਲ ਖਰੀਦਣਾ ਕੀਤੀ ਸੀ ਫਿਰ ਸ਼ਹਿਰ ਵਸਾਇਆ ਸੀ ਐਸਾ ਸਮਾਂ ਬਣਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸਰਸਾ ਨਦੀ ਪਾਰ ਹੋਈ ਚਮਕੌਰ ਦੀ ਜੰਗ ਹੋਈ ਮਾਛੀ ਵਾਲੇ ਸਤਿਗੁਰੂ ਜੀ ਗਏ ਵੱਡੇ ਸਾਹਿਬਜ਼ਾਦੇ ਔਰ ਛੋਟੇ ਸਾਹਿਬਜ਼ਾਦਿਆਂ ਦੇ ਔਰ ਸਰਤਾਰ ਸਿੰਘ ਮਾਤਾ ਜੀ ਇਹਨਾਂ ਦਿਨਾਂ ਦੌਰਾਨ ਸ਼ਹੀਦ ਹੋਏ ਨੇ ਸਤਿਗੁਰਾਂ ਨੇ ਜੋ ਕੁਝ ਕੀਤਾ ਹੈ ਕੌਮ ਵਾਸਤੇ ਕੀਤਾ ਹੈ ਆਪਣਾ ਜਿਹੜਾ ਸਰਬੰਸ ਹੈ ਉਹ ਕੌਮ ਦੇ ਲੇਖੇ ਲਾਇਆ ਹੈ ਸੋ ਸਤਿਗੁਰਾਂ ਦਾ ਹੁਕਮ ਹੈ ਕਿ ਗੁਰੂ ਕਾ ਅੰਮ੍ਰਿਤ ਛਕੋ ਸਤਿਗੁਰਾਂ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾਉਣਾ ਕੀਤਾ ਫਿਰ ਆਪ ਵੀ ਅੰਮ੍ਰਿਤ ਛਕਣਾ ਕੀਤਾ ਸੋ ਮੇਰੀ ਸਾਰੀਆਂ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਛਕਿਆ ਇਹ ਵਡਭਾਗੇ ਹੋ ਜਿਨ੍ਹਾਂ ਨੇ ਗੁਰੂ ਕਾ ਅੰਮ੍ਰਿਤ ਨਹੀਂ ਛਕਿਆ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਜ਼ਰੂਰ ਬਣੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਧੀਆਂ ਹੋਣਾ ਸਾਨੂੰ ਤਾਂ ਹੀ ਹੱਕ ਹੈ ਕਿ ਅਸੀਂ ਗੁਰੂ ਕਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣਾਂਗੇ 2 ਤਰੀਕ ਨੂੰ ਇਸ ਪਵਿੱਤਰ ਸਥਾਨ ਤੇ ਗੁਰੂ ਕਾ ਅੰਮ੍ਰਿਤ ਜਿਹੜਾ ਛਕਾਇਆ ਜਾਣਾ ਹੈ ਜੋ ਵੀ ਪ੍ਰਾਣੀ ਇਸ ਸਥਾਨ ਤੇ ਹਾਜ਼ਰ ਨੇ ਸਭ ਨੂੰ ਇਹ ਬੇਨਤੀ ਹੈ ਕਿ ਆਪਣੇ ਮਨ ਬਣਾ ਕੇ ਗੁਰੂ ਕਾ ਅੰਮ੍ਰਿਤ ਜ਼ਰੂਰ ਛਕੋ ਸੈਕਟਰੀ ਸਾਹਿਬ ਨੂੰ ਆਪਣੇ ਜਿਹੜੇ ਨਾਮ ਹੈ ਉਹ ਦਰਜ ਕਰਵਾਓ ਇੱਕ ਮੇਰੀ ਸੰਗਤਾਂ ਨੂੰ ਇਹ ਬੇਨਤੀ ਹੈ ਕਿ ਮਾਣ ਮਾਤਾ ਦੀ ਭਲਾਈ ਲਈ ਸੰਪਰਦਾਇ ਵੱਲੋਂ ਇਸ ਸਾਲ ਇੱਕ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਹੜਾ ਬਲੱਡ ਡੋਨੇਸ਼ਨ ਕੈਂਪ ਹੈ ਇਸ 500 ਲੋਕ ਜਿਹੜਾ ਖੂਨ ਪ੍ਰਾਪਤ ਕੀਤਾ ਜਾਣਾ ਹੈ ਸੋ ਮੇਰੀ ਸੰਗਤਾਂ ਨੂੰ ਇਹ ਬੇਨਤੀ ਹੈ ਜਿਨ੍ਹਾਂ ਨੂੰ ਸਤਿਗੁਰਾਂ ਨੇ ਸਰੀਰ ਤੰਦਰੁਸਤ ਬਖਸ਼ਿਸ਼ ਕੀਤਾ ਹੈ ਜ਼ਰੂਰ ਇਸ ਮਹਾਂਕੁੰਭ ਵਿੱਚ ਆਪਣਾ ਹਿੱਸਾ ਪਾਇਓ ਬੜਾ ਵੱਡਾ ਉਤਮ ਦਾਨ ਹੈ
ਕਿਸੇ ਪ੍ਰਾਣੀ ਨੂੰ ਸਤਰੂ ਨਾ ਕਰੇ। ਬਲੱਡ ਦੀ ਜ਼ਰੂਰਤ ਹੋਵੇ ਤੁਹਾਡਾ ਇੱਕ ਖੂਨ ਦਾ ਕਤਰਾ ਅਗਲੇ ਦੀ ਜਾਨ ਬਚਾ ਸਕਦਾ ਹੈ, ਸੋ ਇਸ ਬੇਨਤੀ ਨੂੰ ਪ੍ਰਵਾਨ ਕਰਿਓ। ਸਾਡੇ ਪੰਜਾਬ ਵਿੱਚ ਤਾਂ ਦੋ ਤਿੰਨ ਬੇਨਤੀਆਂ ਕਰਨੀਆਂ ਨੇ ਕਿ ਨਸ਼ਿਆਂ ਦਾ ਬਹੁਤ ਵੱਡਾ ਦੌਰ ਚੱਲ ਰਿਹਾ ਹੈ, ਆਪਾਂ ਇਸ ਸਮੇਂ ਤੋਂ ਬਿਲਕੁਲ ਵਿਸਰੇ ਪਏ ਹਾਂ, ਇਸ ਸਮੇਂ ਨੂੰ ਆਪਾਂ ਸਮਝ ਨਹੀਂ ਰਹੇ। ਕਸਬਿਆਂ ਮੁਹੱਲਿਆਂ ਸ਼ਹਿਰਾਂ ਵਿੱਚ ਜਾਈਦਾ ਹੈ, ਹਰ ਦੇ ਘਰ ਵਿੱਚ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸਾਡੇ ਘਰ ਵਿੱਚ ਨਸ਼ਾ ਬਹੁਤ ਹੈ। ਜਿਹੜੇ ਸਿਆਣੇ ਪੁਰਸ਼ ਨੇ ਉਹ ਸ਼ਰਾਬਾਂ ਪੀ ਜਾ ਰਹੇ ਨੇ, ਜਿਹੜੇ ਨੌਜਵਾਨ ਵੀਰ ਨੇ ਉਹ ਬੜੇ ਮਹਿੰਗੇ ਮਹਿੰਗੇ ਨਸ਼ੇ ਕਰ ਰਹੇ ਨੇ। ਜਿਹੜਾ ਨਸ਼ਾ ਹੈ ਇਹ ਜੀਵਨ ਦੀ ਇੱਕ ਬਰਬਾਦੀ ਹੈ। ਜੋ ਬੰਦਾ ਗੈਰ ਕਾਨੂੰਨੀ ਕੰਮ ਕਰੇਗਾ, ਇਨਲੀਗਲ ਕੰਮ ਕਰੇਗਾ, ਜਿਹੜਾ ਕਾਨੂੰਨ ਹੈ ਆਪਣਾ ਉੱਤੇ ਸ਼ਿਕੰਜਾ ਕੱਸੇਗਾ, ਕੋਈ ਐਸਾ ਸਮਾਂ ਆਏਗਾ ਫਿਰ ਉਸਦੀ ਗ੍ਰਿਫਤ ਵਿੱਚ ਆਵੇਗਾ, ਜੇਲ੍ਹ ਚਲਿਆ ਜਾਵੇਗਾ, ਆਪਣੀ ਜ਼ਿੰਦਗੀ ਬਰਬਾਦ ਕਰੇਗਾ, ਮਾਤਾ ਪਿਤਾ ਭੈਣ ਭਰਾ ਸਭ ਦੁਖੀ ਹੋ ਜਾਂਦੇ ਨੇ। ਸੋ ਮੇਰੀ ਇਹ ਨੌਜਵਾਨ ਵੀਰਾਂ ਨੂੰ ਬੇਨਤੀ ਆ, ਅੱਜ ਕੱਲ੍ਹ ਤਾਂ ਕੈਂਪ ਵੀ ਬਹੁਤ ਲੱਗੇ ਨੇ, ਆਪਣਾ ਮਾਣ ਬਣਾ ਕੇ ਨਸ਼ੇ ਛੱਡੋ। ਕੋਈ ਸਮਾਂ ਸੀ ਜਦੋਂ ਕਿ ਪੰਜਾਬ ਨੂੰ ਪੰਜਾਂ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਸੀ, ਪੰਜਾਬ ਦਾ ਨਾਮ ਹੀ ਇਤਿਹਾਸ ਵਿੱਚ ਅੰਕਿਤ ਹੈ ਕਿ ਪੰਜਾਂ ਦਰਿਆਵਾਂ ਤੋਂ ਪੰਜਾਬ ਦਾ ਨਾਮ ਪਿਆ ਹੈ। ਕਿੱਥੇ ਕਿੰਨੇ ਕਿੰਨੇ ਸੂਰਬੀਰ ਯੋਧੇ ਪੈਦਾ ਹੋਏ ਨੇ, ਕਿੰਨੇ ਕਿੰਨੇ ਬਲੀ ਯੋਧਾ ਹੋਏ ਯੋਧੇ ਪੈਦਾ ਇਸ ਧਰਤੀ ਤੋਂ ਹੋਏ ਨੇ, ਪਰ ਅੱਜ ਕੀ ਹਾਲਤ ਹੈ ਅਸੀਂ ਸਾਹਮਣੇ ਦੇਖ ਰਹੇ ਹਾਂ। ਭਰੂਣ ਹੱਤਿਆ ਬਹੁਤ ਹੋ ਰਹੀ ਹੈ। ਉਹ ਜਨਨੀ ਜਿਸਨੇ ਪੀਰਾਂ ਪੈਗੰਬਰਾਂ ਰਿਸ਼ੀਆਂ ਮਹਾਰਾਜਾਂ ਨੂੰ ਜਨਮ ਦਿੱਤਾ ਹੈ, ਅਸੀਂ ਉਸਦਾ ਜਨਮ ਲੈਣ ਦਾ ਵੀ ਹੱਕ ਖੋ ਰਹੇ ਹਾਂ। ਸੋ ਅਸੀਂ ਇਸ ਚੀਜ਼ ਤੇ ਵੀ ਵਿਚਾਰ ਕਰਨੀ ਹੈ, ਭਰੂਣ ਹੱਤਿਆ ਨੂੰ ਰੋਕਣਾ ਹੈ। ਦਾਜ ਦੀ ਪ੍ਰਥਾ ਜੋ ਕਿ ਸਾਡੇ ਸਮਾਜ ਵਿੱਚ ਪੂਰਨਾਂ ਲੱਗ ਚੁੱਕੀ ਹੈ, ਕਈ ਧੀਆਂ ਕਈ ਭੈਣਾਂ ਇਸ ਦਾਜ ਦੀ ਬੜੀ ਛੱਡਦੇ ਹਨ। ਸੋ ਅਸੀਂ ਆਪਣੀ ਸੋਚ ਵਿੱਚ ਤਬਦੀਲੀ ਲਿਆਈਏ, ਨਸ਼ਿਆਂ ਦਾ ਤਿਆਗ ਕਰੋ, ਭਰੂਣ ਹੱਤਿਆ ਬੰਦ ਕਰੋ ਤੇ ਦਾਜ ਦੀ ਪ੍ਰਥਾ ਵਿਰੁੱਧ ਆਪਾਂ ਸਾਰੇ ਲੰਬਿਤ ਹੋਈਏ। ਉਹ ਸਾਡਾ ਵਾਤਾਵਰਣ ਕਿੰਨਾ ਪ੍ਰਦੂਸ਼ਿਤ ਹੋ ਰਿਹਾ ਹੈ, ਹਵਾ ਦੀ ਗੱਲ ਹੈ ਜਿਸ ਤਰ੍ਹਾਂ ਸਾਡਾ ਜੀਵਨ ਹੈ। ਅੱਜ ਅਸੀਂ ਅੱਗਾਂ ਲਗਾ ਕੇ ਹਵਾ ਨੂੰ ਅਸੀਂ ਗੰਦਿਆਂ ਕਰ ਰਹੇ ਹਾਂ। ਜਿਹੜੀ ਸਾਡੀ ਹਵਾ ਹੈ ਇਸ ਟਾਈਮ ਅਸੀਂ ਦੇਖਦੇ ਹਾਂ ਕਿੰਨੀ ਗੰਦਲੀ ਹੋ ਚੁੱਕੀ ਹੈ, ਜਿੰਨੀਆਂ ਗੈਸਾਂ ਨੇ ਸਾਰੀਆਂ ਉੱਪਰ ਆਵਾਜ਼ ਜਾ ਰਹੀਆਂ ਨੇ, ਦਰਖਤ ਅਸੀਂ ਘਟਾ ਦਿੱਤੇ ਨੇ, ਬਹੁਤੀ ਧਰਤੀ ਜਿਹੜੀ ਉਹ ਖੇਤੀ ਯੋਗ ਬਣ ਚੁੱਕੀ ਹੈ। ਸੋ ਹਵਾ ਨੂੰ ਵੀ ਅਸੀਂ ਸ਼ੁੱਧ ਕਰੀਏ, ਰੁੱਖਾਂ ਨੂੰ ਲਗਾਉਣਾ ਕਰੋ। ਕੋਈ ਸਮਾਂ ਸੀ ਜਦੋਂ ਕਿ ਇਸ ਧਰਤੀ ਉੱਤੇ ਬਹੁਤ ਸਾਰੇ ਰੁੱਖ ਹੋਇਆ ਕਰਦੇ ਸੀ, ਜਦੋਂ ਰੁੱਖ ਹੁੰਦੇ ਸੀ ਉਸ ਟਾਈਮ ਤੇ ਮੀਂਹ ਵੀ ਜ਼ਿਆਦਾ ਹੋਇਆ ਕਰਦੇ ਸਨ। ਇਹਨਾਂ ਦਰਖਤਾਂ ਦੇ ਆਸਰੇ ਨਾਲ ਕਈ ਜਾਨਵਰ ਆਪਣਾ ਰਹਿਣ ਬਸੇਰਾ ਕਰਦੇ ਸੀ। ਅੱਜ ਅਸੀਂ ਦਰਖਤ ਕੱਟੀ ਜਾ ਰਹੇ ਹਾਂ, ਪੰਜਾਬ ਵਿੱਚ ਤਾਂ ਬਹੁਤ ਦਰਖਤ ਘੱਟ ਗਏ ਨੇ, ਬਾਹਰ ਕਈਆਂ ਥਾਵਾਂ ਤੇ ਜਦੋਂ ਸੰਗਤਾਂ ਵਿੱਚ ਵਿਚਰਨ ਦਾ ਸਮਾਂ ਮਿਲਦਾ ਹੈ ਦੇਖੀਦਾ ਹੈ ਕਈ ਥਾਈ ਅੱਜ ਵੀ ਦਰਖਤ ਮਿਲ ਜਾਂਦੇ ਨੇ, ਬਸ ਬਹੁਤ ਘੱਟ ਨੇ। ਜੋ ਬੋਲੇ ਸੋ ਨਿਹਾ ਸਤਿ ਸ੍ਰੀ ਅਕਾਲ।